ਸਾਧ ਸੰਗਤ ਜੀ ਦਾ ਟੀਵੀ NRI ਚੈਨਲ ਦੀ ਟੀਮ ਵੱਲੋਂ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ। ਮੈਂ ਹਾਂ ਹਰਮੇਸ਼ ਕੌਰ ਜੋਧੇ ਅਤੇ ਮੇਰੇ ਨਾਲ ਕੈਮਰੇ 'ਤੇ ਸਾਥ ਦੇ ਰਹੇ ਨੇ ਸਰਦਾਰ ਸੰਤੋਖ ਸਿੰਘ ਪੰਨੂ ਸੀਚੇਵਾਲ ਤੋਂ। ਅਤੇ ਅੱਜ ਸਾਡੀ ਟੀਮ ਪਹੁੰਚੀ ਹੋਈ ਹੈ ਗਵਾਲੀਅਰ, ਜਿੱਥੇ ਕਿ ਅਸੀਂ ਦਾਤਾ ਬੰਦੀ ਛੋੜ ਗੁਰਦੁਆਰਾ ਸਾਹਿਬ ਵਿਖੇ ਰਹਿ ਰਹੇ ਹਾਂ। ਅਤੇ ਇਸ ਦੀ ਇੱਕ ਵੱਖਰੀ ਵੀਡੀਓ ਜੋ ਇਤਿਹਾਸ ਦੀ ਹੈ ਆਪ ਨੂੰ ਦਿਖਾ ਚੁੱਕੇ ਹਾਂ, ਉਹ ਅਲੱਗ ਤੋਂ ਹੈ। ਇੱਥੇ ਸਾਡੇ ਨਾਲ ਸਾਨੂੰ ਮਿਲੇ ਨੇ ਸਰਦਾਰ ਅਜੀਤ ਸਿੰਘ ਜੀ, ਜਿਹੜੇ ਕਿ ਲੰਬੇ ਸਮੇਂ ਤੋਂ ਲਗਭਗ 1970-71 ਤੋਂ ਇਸ ਗੁਰਦੁਆਰਾ ਸਾਹਿਬ ਵਿਖੇ ਸੇਵਾਵਾਂ ਨਿਭਾ ਰਹੇ ਨੇ। ਅਤੇ ਆਪਾਂ ਸੋਚਿਆ ਇਤਿਹਾਸ ਇੱਕ ਅਲੱਗ ਚੀਜ਼ ਹੈ ਅਤੇ ਬਾਕੀ ਇਸ ਗੁਰਦੁਆਰਾ ਸਾਹਿਬ ਨਾਲ ਸੰਬੰਧਿਤ ਜੁੜੀਆਂ ਖੱਟੀਆਂ ਮਿੱਠੀਆਂ ਕੌੜੀਆਂ ਯਾਦਾਂ ਬਹੁਤ ਤਰ੍ਹਾਂ ਦੀਆਂ, ਕਿਉਂਕਿ ਆਪਾਂ ਸਾਰਿਆਂ ਨੂੰ ਪਤਾ ਜਦੋਂ ਆਪਾਂ ਕੋਈ ਸੰਸਥਾ ਬਣਾਉਂਦੇ ਹਾਂ, ਕੋਈ ਗੁਰਦੁਆਰਾ ਸਾਹਿਬ ਉਸਾਰਦੇ ਹਾਂ, ਕੁਝ ਵੀ ਕਰਦੇ ਹਾਂ, ਤਾਂ ਉਹਦੇ ਵਿੱਚ ਜਿੱਥੇ ਸੇਵਾਦਾਰਾਂ ਦਾ ਇੱਕ ਹੜ ਆ ਜਾਂਦਾ, ਉੱਥੇ ਰੁਕਾਵਟਾਂ ਪਾਉਣ ਵਾਲਿਆਂ ਦੇ ਵੀ ਜਿਹੜੇ ਬਹੁਤ ਬਹੁਤ ਤਰ੍ਹਾਂ ਦਾ ਜਿਹੜਾ ਵਾ ਉਹ ਸਾਨੂੰ ਸਾਹਮਣਾ ਕਰਨਾ ਪੈਂਦਾ ਵਾ। ਇਸੇ ਲਈ ਮੈਂ ਇਹ ਖੱਟੀਆਂ ਮਿੱਠੀਆਂ ਕੌੜੀਆਂ ਯਾਦਾਂ ਦੇ ਨਾਲ ਇਹਦੀ ਸ਼ੁਰੂਆਤ ਕਰ ਰਹੀ ਹਾਂ। ਹੁਣ ਆਪਾਂ ਭਾਈ ਸਾਹਿਬ ਨੂੰ ਪੁੱਛਾਂਗੇ ਬਈ ਇੱਥੇ ਕਿਸ ਕਿਸ ਤਰ੍ਹਾਂ ਤੁਸੀਂ ਜਦੋਂ ਜੀਵਨ ਬਸਰ ਕੀਤਾ, ਗੁਰਦੁਆਰਾ ਸਾਹਿਬ ਦੀ ਸ਼ੁਰੂਆਤ ਕਿਵੇਂ ਹੋਈ, ਇੱਥੇ ਕਿਵੇਂ ਸੰਗਤਾਂ ਜੁੜੀਆਂ, ਸਰਕਾਰਾਂ ਦੇ ਕੀ ਰੋਲ ਰਹੇ ਨੇ ਇੱਥੇ, ਇੱਥੋਂ ਦੇ ਨੇਤਾਵਾਂ ਨੇ ਗੁਰਦੁਆਰੇ ਦਾ ਕਿਸ ਤਰ੍ਹਾਂ ਦਾ ਸਾਥ ਦਿੱਤਾ ਅਤੇ ਕਿਵੇਂ ਕਿਵੇਂ ਇਸ ਗੁਰਦੁਆਰੇ ਦੀ ਉਸਾਰੀ ਅਗਾਂਹ ਵਧੀ, ਅਤੇ ਹੋਰ ਜੋ ਇੱਥੋਂ ਦੀਆਂ ਯਾਦਾਂ ਨੇ ਉਹ ਆਪਾਂ ਅੱਜ ਇਹਨਾਂ ਦੇ ਨਾਲ ਗੱਲਾਂ ਬਾਤਾਂ ਦੇ ਰਾਹੀਂ ਤੈਅ ਕਰਾਂਗੇ। ਸੋ ਆਓ ਆਪਾਂ ਸਾਰੇ ਜੁੜਦੇ ਹਾਂ ਭਾਈ ਸਾਹਿਬ ਸਰਦਾਰ ਅਜੀਤ ਸਿੰਘ ਜੀ ਨਾਲ। ਹਾਂਜੀ ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਸੰਗਤਾਂ ਬਹੁਤ ਤਤਪਰ ਬੈਠੀਆਂ ਨੇ, ਸੰਗਤਾਂ ਕੀ ਅਸੀਂ ਉਸ ਤੋਂ ਜ਼ਿਆਦਾ ਕਿ ਆਪ ਜੀ ਤੋਂ ਸਾਨੂੰ ਪਤਾ ਚੱਲੇ। ਪਹਿਲਾਂ ਤਾਂ ਆਪਾਂ ਇਹ ਵੇਖਦੇ ਹਾਂ ਕਿ ਆਪ ਜੀ ਦਾ ਵਾਹ ਇੱਥੇ ਕਿਵੇਂ ਪਿਆ, ਆਪ ਜੀ ਇੱਥੇ ਕਿਵੇਂ ਆ ਗਏ ਅਤੇ ਕਿਵੇਂ ਕਿਵੇਂ ਆਪ ਜੀ ਦਾ ਮਨ ਲੱਗ ਗਿਆ, ਜਿਨ੍ਹਾਂ ਨੇ ਸਾਰੀ ਉਮਰ ਜਿਹੜੀ ਆ ਉਹ ਇੱਥੇ ਗੁਜ਼ਾਰ ਦਿੱਤੀ। ਇੱਥੇ ਜੀ 1968 ਦੇ ਵਿੱਚ ਸੰਤ ਬਾਬਾ ਉੱਤਮ ਸਿੰਘ ਜੀ ਖਡੂਰ ਸਾਹਿਬ ਵਾਲੇ, ਉਹਨਾਂ ਨੇ ਇੱਥੇ ਕਾਰ ਸੇਵਾ ਸੰਭਾਲੀ ਅਤੇ ਜਦੋਂ ਇੱਥੇ ਸੇਵਾ ਸ਼ੁਰੂ ਹੋਈ ਤਾਂ ਬਾਬਾ ਜੀ ਸਾਰੇ ਪਿੰਡਾਂ ਵਿੱਚ ਉਹ ਸੰਗਤ ਲਿਆਉਂਦੇ ਹੁੰਦੇ ਸੀ ਸੇਵਾ ਕਰਨ ਵਾਸਤੇ। ਅਸੀਂ ਵੀ ਇਸ ਤਰ੍ਹਾਂ ਸੰਗਤ ਦੇ ਨਾਲ 8ਵੇਂ 10ਵੇਂ ਦੇ ਨਾਲ ਜਾਣਾ, ਫਿਰ ਸਹੀਜੇ ਸਹੀਜੇ ਇੱਥੇ ਪ੍ਰੇਮ ਪਿਆਰ ਪੈ ਗਿਆ ਅਤੇ ਮੈਂ 10ਵੀਂ ਪਾਸ ਕਰਕੇ ਫਿਰ ਇੱਥੇ ਹੀ ਮਹਾਰਾਜ ਦੀ ਸੇਵਾ ਦੇ ਵਿੱਚ ਮਹੀਨਾ ਕੁ ਸੇਵਾ ਕਰਨ ਵਾਸਤੇ ਆਇਆ ਸੀ। ਫਿਰ ਇੱਥੇ ਬਾਬਾ ਜੀ ਨੇ ਗਜੇ 'ਤੇ ਲਾ ਦਿੱਤਾ ਅਤੇ ਇੱਦਾਂ ਹੀ ਟੋਕਰੀ ਢੋਂਦੇ ਢੋਂਦੇ ਅਤੇ ਮਹਾਰਾਜ ਦੀ ਕਿਰਪਾ ਨਾਲ ਉਦੋਂ ਦੇ ਫਿਰ ਇੱਥੇ ਹੀ ਬਾਬਾ ਜੀ ਦੇ ਸੇਵਾਦਾਰਾਂ ਦੇ ਨਾਲ ਹੀ ਇੱਥੇ ਸੇਵਾ ਕਰਦੇ ਰਹੇ ਅਤੇ ਉਦੋਂ ਦੇ ਮਹਾਰਾਜ ਨੇ ਸਾਰਾ ਮਹਾਰਾਜ ਨੇ ਭਾਗ ਲਾਏ ਆ, ਗੁਰੂ ਸਾਹਿਬ ਨੇ ਸੇਵਾ ਬਖਸ਼ੀ ਹੈ ਅਤੇ 1970 ਦੇ ਵਿੱਚ ਇੱਥੇ ਮੈਂ ਆਇਆ ਸੀ ਜੀ। ਉਦੋਂ ਦੇ ਨਿਰੰਤਰ ਇੱਥੇ ਮਹਾਰਾਜ ਨੇ ਜੋ ਸੇਵਾ ਕਰਾਉਂਦੇ ਆ ਮਹਾਰਾਜ, ਮਤਲਬ ਕਿ ਤੁਹਾਨੂੰ ਜਾਗ ਜਿਹੜੀ ਆ ਉਹ ਬਾਬਾ ਉੱਤਮ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਨੇ ਲਗਾਈ ਤੇ ਫਿਰ ਤੁਸੀਂ ਆਪਣਾ ਘਰ ਵੀ ਇਹਨੂੰ ਮੰਨ ਲਿਆ ਤੇ ਆਪਣਾ ਪਰਿਵਾਰ ਵੀ ਬਾਬਾ ਜੀ ਨੂੰ ਮੰਨ ਲਿਆ ਤੇ ਇਹੀ ਤੁਹਾਡਾ ਭਾਈਚਾਰਾ ਹੋ ਗਿਆ, ਤੁਹਾਡਾ ਇੱਥੇ ਦਿਲ ਲੱਗ ਗਿਆ। ਤੁਸੀਂ ਫਿਰ ਕਿਹਾ ਵੀ ਟੋਕਰੀ ਢੋਂਦਿਆਂ ਅਸੀਂ ਟੋਕਰੀ ਢੋਂਦੇ ਰਹੇ ਇੱਥੇ ਸੇਵਾ ਕਰਦੇ ਰਹੇ ਤੇ ਬਾਬਾ ਜੀ ਪਹਿਲਾਂ ਕਿੰਨਾ ਕੁ ਗੁਰਦੁਆਰਾ ਸਾਹਿਬ ਬਣਿਆ ਸੀ ਜਦੋਂ ਤੁਸੀਂ ਇੱਥੇ ਆਏ ਆ ਤੇ ਫਿਰ ਕਿੱਦਾਂ ਕਿੱਦਾਂ ਇਹ ਵਾਧਾ ਗਿਆ ਜੀ? ਪਹਿਲਾਂ ਸੰਗਤਾਂ ਨੂੰ ਇੱਥੇ ਬਹੁਤ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ,
ਇੱਥੋਂ ਦੀ ਸਰਕਾਰ ਇੱਕ ਇੰਚ ਵੀ ਇੱਥੇ ਜਗ੍ਹਾ ਦੇਣ ਵਾਸਤੇ ਤਿਆਰ ਨਹੀਂ ਸੀ ਅਤੇ ਸੰਗਤਾਂ ਨੇ ਇੱਥੇ ਚੋਰੀ ਇੱਥੇ ਦਰਸ਼ਨ ਮੇਲੇ ਕਰਨ ਵਾਸਤੇ ਆਉਣਾ ਅਤੇ ਕਿਸੇ ਨੇ ਇੱਕ ਇੱਟ ਝੋਲੇ 'ਚ ਪਾਰ ਲਿਆਉਣੀ, ਕਿਸੇ ਨੇ ਦੋ ਇੱਟਾਂ ਝੋਲੇ ਵਿੱਚ ਪਾ ਲਿਆਉਣੀਆਂ। ਜਦੋਂ ਇੱਥੇ ਕਾਫੀ ਸਾਰੀਆਂ ਇੱਟਾਂ ਜਮ੍ਹਾਂ ਹੋ ਗਈਆਂ, ਸੰਗਤਾਂ ਨੇ ਉਪਰਾਲਾ ਕਰਕੇ ਇੱਕ ਰਾਤ ਇੱਕ ਛੋਟਾ ਜਿਹਾ ਕਮਰਾ ਬਣਾ ਦਿੱਤਾ। ਫਿਰ ਇੱਕ ਰਾਤ ਇੱਥੇ ਸੰਗਤਾਂ ਨੇ ਨਿਸ਼ਾਨ ਸਾਹਿਬ ਖੜ੍ਹਾ ਕਰ ਦਿੱਤਾ ਅਤੇ ਜਿਹੜੀਆਂ ਵੀ ਸੰਗਤਾਂ ਇੱਥੇ ਆਉਂਦੀਆਂ ਸੀ ਸਾਰਿਆਂ ਨੂੰ ਇੱਥੇ ਟਿਕਟ ਲੈ ਕੇ ਆਉਣਾ ਪੈਂਦਾ ਸੀ ਅਤੇ ਫਿਰ ਸੰਗਤਾਂ ਇੱਕ ਵਾਰੀ ਸਾਰੀਆਂ ਇਕੱਠੀਆਂ ਹੋ ਕੇ ਜ਼ਬਰਦਸਤੀ ਕਿਲ੍ਹੇ ਦੇ ਅੰਦਰ ਆਈਆਂ। ਫਿਰ ਉਹਨਾਂ ਨੂੰ ਕਾਨੂੰਨ ਬਣਾਉਣਾ ਪਿਆ ਵੀ ਇੱਥੇ ਜਿਹੜੇ ਵੀ ਗੁਰਦੁਆਰੇ ਸਾਹਿਬ ਸੰਗਤਾਂ ਜਾਣ ਉਹਨਾਂ ਵਾਸਤੇ ਕੋਈ ਟਿਕਟ ਨਹੀਂ, ਜਿਹੜੇ ਹੁਣ ਵੀ ਕਿਲ੍ਹਾ ਦੇਖਣ ਵਾਸਤੇ ਆਉਂਦੇ ਆ ਉਹਨਾਂ ਨੂੰ ਟਿਕਟ ਲੈ ਕੇ ਆਉਣਾ ਪੈਂਦਾ ਹੈ। ਅਤੇ ਸਭ ਤੋਂ ਪਹਿਲਾਂ ਇੱਥੇ ਜਦੋਂ ਮਹਾਰਾਜ ਨੂੰ ਕੋਈ ਸਮਾਂ ਪਾਉਂਦਾ ਵਾ, ਗੁਰੂ ਸਾਹਿਬ ਦੀ ਕਿਰਪਾ ਨਾਲ ਇੱਥੇ 1968 ਦੇ ਵਿੱਚ 61 ਦੇ ਵਿੱਚ ਕਲੈਕਟਰ ਬਲਦੇਵ ਸਿੰਘ ਇੱਥੇ ਬਣ ਕੇ ਆਏ। ਉਹਨਾਂ ਨੇ ਇੱਥੇ ਪੜਚੋਲ ਕੀਤੀ ਵੀ ਇੱਥੇ ਮਹਾਰਾਜ ਦਾ ਸਥਾਨ ਵਾ। ਉਹਨਾਂ ਇੱਥੇ ਜਦੋਂ ਪਤਾ ਕੀਤਾ ਅਤੇ ਇੱਥੇ ਇੱਕ ਥੜਾ ਬਣਿਆ ਸੀ ਅਤੇ ਉਹਨਾਂ ਨੇ ਇੱਥੇ ਫਿਰ ਅਰਦਾਸ ਕੀਤੀ। ਉਹਨਾਂ ਦੇ ਕੋਈ ਔਲਾਦ ਨਹੀਂ ਸੀ ਵੀ ਮਹਾਰਾਜ ਮੇਰੇ 'ਤੇ ਕਿਰਪਾ ਕਰੋ, ਮੈਨੂੰ ਪੁੱਤਰ ਦੀ ਦਾਤ ਬਖਸ਼ੋ, ਜਿੰਨੀ ਵੀ ਸੇਵਾ ਆਪ ਜੀ ਕਰਾਓਗੇ ਮੈਂ ਕਰਾਂਗਾ। ਬੰਦੀ ਛੋੜਦਾਤਾ ਨੇ ਕਿਰਪਾ ਕੀਤੀ, ਉਹਨਾਂ ਨੂੰ ਪੁੱਤਰ ਦੀ ਦਾਤ ਬਖਸ਼ੀ। ਫਿਰ ਉਹਨਾਂ ਨੇ ਇੱਥੋਂ ਦੇ ਸਾਰੇ ਪਤਵੰਤੇ ਸੱਜਣ ਇਕੱਠੇ ਕਰਕੇ, ਉਹਨਾਂ ਦਿਨਾਂ 'ਚ ਇੰਦਰਜੀਤ ਸਿੰਘ ਪੰਜਾਬ ਐਂਡ ਸਿੰਧ ਬੈਂਕ ਦੇ ਜਿਹੜੇ ਚੇਅਰਮੈਨ ਸੀਗੇ, ਉਹ ਇੱਥੇ ਯੂਕੋ ਬੈਂਕ ਵਿੱਚ ਮੈਨੇਜਰ ਸੀ। ਇੱਕ ਸੰਤੋਖ ਸਿੰਘ ਜੀ ਭੋਪਾਲ ਵਾਲੇ ਅੱਖਾਂ ਦੇ ਡਾਕਟਰ ਸੀ, ਬਖਸ਼ੀਕ ਸਿੰਘ ਜੀ, ਸੁਮੇਰ ਸਿੰਘ ਜੀ, ਹੋਰ ਵੀ ਗਿਆਨੀ ਇੰਦਰ ਸਿੰਘ ਜੀ, ਸਾਰਿਆਂ ਸੱਜਣਾਂ ਨੂੰ ਸੰਗਤਾਂ ਨੂੰ ਇਕੱਠਾ ਕਰਕੇ ਆਖਿਆ ਵੀ ਤੁਸੀਂ ਮੈਨੂੰ ਦਰਖਾਸਤ, ਕਿਉਂਕਿ ਮੈਂ ਤਾਂ ਔਨ ਡਿਊਟੀ 'ਤੇ ਹਾਂ, ਮੈਂ ਕੁਛ ਕਰ ਨਹੀਂ ਸਕਦਾ, ਤੁਸੀਂ ਮੈਨੂੰ ਐਪਲੀਕੇਸ਼ਨ ਲਿਖ ਕੇ ਦਿਓ ਅਤੇ ਮੈਂ ਵੀ ਜੇ ਗੁਰੂ ਮਹਾਰਾਜ ਦੀ ਇਸ ਸਥਾਨ ਦੀ ਸੇਵਾ ਕਰਾਂ। ਸੋ ਉਹਨਾਂ ਸਾਰੀਆਂ ਸੰਗਤਾਂ ਨੇ ਇੱਥੇ ਫੂਲਬਾਗ, ਉਦੋਂ ਗੁਰਦੁਆਰਾ ਸੀਗਾ ਉਹ ਇੱਥੋਂ ਦੇ ਮਹਾਰਾਜੇ ਨੇ ਬਣਾਇਆ ਸੀ ਅੱਜ ਤੋਂ 100 ਸਾਲ ਪਹਿਲਾਂ, ਉੱਥੋਂ ਦਾ ਫਿਰ ਲੈਟਰ ਪੈਡ 'ਤੇ ਲਿਖ ਕੇ ਕਲੈਕਟਰ ਨੂੰ ਇੱਥੇ ਦਰਖਾਸਤ ਦਿੱਤੀ ਵੀ ਇੱਥੇ ਗੁਰੂ ਸਾਹਿਬ ਦਾ ਸਥਾਨ ਹੈ, ਸਾਨੂੰ ਇੱਥੇ ਜਗ੍ਹਾ ਦੇਣ ਦੀ ਕਿਰਪਾਲਤਾ ਕਰੋ ਅਤੇ ਗੁਰਦੁਆਰਾ ਬਣਾਉਣ ਵਾਸਤੇ ਸਾਨੂੰ ਮਨਜ਼ੂਰੀ ਦਿੱਤੀ ਜਾਵੇ। ਫਿਰ 1961 ਦੇ ਵਿੱਚ ਕਲੈਕਟਰ ਬਲਦੇਵ ਸਿੰਘ ਜੀ ਨੇ 2 ਵਿਘੇ ਜਗ੍ਹਾ ਇੱਥੇ ਇਸ ਸਥਾਨ ਵਾਸਤੇ ਦਿੱਤੀ। ਫਿਰ ਉੱਥੋਂ ਦੀਆਂ ਸੰਗਤਾਂ ਨੇ ਇਕੱਠੀਆਂ ਹੋ ਕੇ ਸੰਤ ਬਾਬਾ ਖੜਕ ਸਿੰਘ ਜੀ ਉਹਨਾਂ ਦਿਨਾਂ ਦੇ ਵਿੱਚ ਅੰਮ੍ਰਿਤਸਰ ਸਾਹਿਬ ਲੰਗਰ ਸਾਹਿਬ ਦੀ ਸੇਵਾ ਕਰਾ ਰਹੇ ਸੀ, ਸੰਗਤਾਂ ਉਹਨਾਂ ਕੋਲ ਜਾ ਕੇ ਬੇਨਤੀ ਕੀਤੀ ਵੀ ਬਾਬਾ ਜੀ ਤੁਸੀਂ ਗਵਾਲੀਅਰ ਦੇ ਕਿਲ੍ਹੇ ਦੀ ਸੇਵਾ ਸੰਭਾਲ ਕਰੋ। ਅਤੇ ਬਾਬਾ ਖੜਕ ਸਿੰਘ ਕਹਿਣ ਲੱਗ ਵੀ ਹੁਣ ਸਾਡੀ ਵੱਡੀ ਉਮਰ ਆ ਅਤੇ ਇੱਥੋਂ ਜਗ੍ਹਾ ਵੀ ਬਹੁਤ ਦੂਰ ਆ, 800-900 ਕਿਲੋਮੀਟਰ ਦੂਰ ਆ, ਅਤੇ ਤੁਸੀਂ ਇਸ ਤਰ੍ਹਾਂ ਕਰੋ ਵੀ ਖਡੂਰ ਸਾਹਿਬ ਬਾਬਾ ਉੱਤਮ ਸਿੰਘ ਤੋਂ ਜਾਓ, ਉਹ ਇੱਥੇ ਸੇਵਾ ਸੰਭਾਲ ਲੈਣਗੇ। ਇਹ ਸਾਰੀਆਂ ਸੰਗਤਾਂ ਬਾਬਾ ਉੱਤਮ ਸਿੰਘ ਜੀ ਕੋਲ ਗਈਆਂ। ਬਾਬਾ ਉੱਤਮ ਸਿੰਘ ਜੀ ਨੇ ਫਿਰ ਸੰਗਤਾਂ ਦਾ ਹੁਕਮ ਮੰਨ ਕੇ 1968 ਵਿੱਚ ਇੱਥੇ ਆ ਕੇ ਇਸ ਸਥਾਨ ਦੀ ਸੇਵਾ ਸੰਭਾਲ ਕੀਤੀ। ਪਹਿਲਾਂ ਇੱਥੇ ਦੋ ਸਿੱਖ ਰਹਿਣ ਦਾ ਇੱਥੇ ਆਰਡਰ ਸੀ ਵੀ 2 ਸਿੱਖ ਤੋਂ ਇੱਥੇ ਜ਼ਿਆਦਾ ਨਹੀਂ ਰਹਿ ਸਕਦੇ। ਫਿਰ ਸੰਗਤਾਂ ਨੇ ਬੇਨਤੀ ਕੀਤੀ ਵੀ ਜਦੋਂ ਅਸੀਂ ਇੱਥੇ ਅਖੰਡ ਪਾਠ ਸਾਹਿਬ ਕਰਾਈਏ ਸਾਨੂੰ ਖੁੱਲ੍ਹ ਹੋਵੇ ਵੀ ਜਿੰਨੀਆਂ ਮਰਜ਼ੀ ਸੰਗਤਾਂ ਇੱਥੇ ਆਉਣ। ਉਸ ਦਿਨ ਤੋਂ ਫਿਰ ਇੱਥੇ ਅਖੰਡ ਪਾਠਾਂ ਦੀਆਂ ਲੜੀਆਂ ਸ਼ੁਰੂ ਹੋ ਗਈਆਂ, ਅੱਜ ਤੱਕ ਉਹ ਲੜੀ ਚੱਲਦੀ ਹੈ ਜੀ, 2 ਪਾਠ 3 ਪਾਠ 1 ਪਾਠ ਚੱਲਦਾ ਹੀ ਰਹਿੰਦਾ ਵਾ, ਕਦੇ ਨਾਗਾ ਨਹੀਂ ਹੋਇਆ। ਉਸ ਦਿਨ ਤੋਂ ਇੱਥੇ ਮਹਾਰਾਜ ਦੀ ਕਿਰਪਾ ਦੇ ਨਾਲ ਨਾਮਬਾਣੀ ਦੇ ਪ੍ਰਵਾਹ ਚੱਲਦੇ ਆ। ਬਾਬਾ ਉੱਤਮ ਸਿੰਘ ਜੀ ਨੇ ਇੱਥੇ ਆ ਕੇ ਫਿਰ 1968 ਦੇ ਵਿੱਚ ਸੇਵਾ ਸੰਭਾਲ ਕੀਤੀ। ਇੱਥੇ ਪਾਣੀ ਦੀ ਇੰਨੀ ਕਿੱਲਤ ਸੀਗੀ ਵੀ 10 ਪੈਸਾ ਦਾ ਇੱਥੇ ਉਹਨਾਂ ਦਿਨਾਂ ਵਿੱਚ ਪਾਣੀ ਦਾ ਗਲਾਸ ਮਿਲਦਾ ਸੀ। ਬਾਬਾ ਜੀ ਨੇ ਸਭ ਤੋਂ ਪਹਿਲਾਂ
ਇੱਥੇ ਇੱਕ 15,000 ਗੈਲਨ ਦੀ, ਇੱਕ 35,000 ਗੈਲਨ ਦੀ ਟੈਂਕੀ ਬਣਾ ਕੇ ਅਤੇ ਇੱਕ ਥੱਲੇ ਖੂਹ ਆ ਉਹਦੇ ਵਿੱਚ ਮੋਟਰ ਲਵਾ ਕੇ ਅਤੇ ਪਾਣੀ ਦਾ ਇੰਤਜ਼ਾਮ ਕਰ ਲਿਆ ਅਤੇ ਸਾਲ ਡੇਢ ਸਾਲ ਦੇ ਵਿੱਚ ਹੀ ਇੱਥੇ ਲੰਗਰ ਜਿਹੜਾ ਮਹਾਰਾਜ ਦਾ ਹਾਲ ਆ ਲੰਗਰ ਤਿਆਰ ਕਰ ਦਿੱਤਾ। ਇੱਥੋਂ ਦੇ ਸਿੰਧੀਆ ਸਕੂਲ ਆ ਉਹ ਗੁਰੂ ਘਰ ਨਾਲ ਬੜੀ ਈਰਖਾ ਰੱਖਦਾ ਸੀ ਕਿਉਂਕਿ ਉੱਥੇ ਇਸ ਸਕੂਲ ਦੇ ਵਿੱਚ ਉਦੋਂ ਬੜਾ ਨਾਂ ਹੁੰਦਾ ਸੀ, ਹੁਣ ਤਾਂ ਬਹੁਤ ਸਕੂਲ ਬਣ ਗਏ, ਉਦੋਂ ਸਾਰੇ ਹਿੰਦੁਸਤਾਨ 'ਚ ਇਸੇ ਸਕੂਲ ਦਾ ਨਾਂ ਹੁੰਦਾ ਸੀ। ਇਹਦੇ ਵਿੱਚ ਕਲੈਕਟਰ, ਵੱਡੇ ਵੱਡੇ ਅਫਸਰਾਂ ਦੇ, ਐਕਟਰਾਂ ਦੇ ਲੜਕੇ ਪੜ੍ਹਦੇ ਸੀ। ਉਹ ਫਿਰ ਇੱਥੇ ਸੋਚਦੇ ਸੀ ਵੀ ਇੱਥੇ ਬਹੁਤੀ ਆਵਾਜਾਵੀ ਨਾ ਹੋਵੇ। ਉਹਨਾਂ ਨੇ ਫਿਰ ਕਲੈਕਟਰ ਅਤੇ ਕਮਿਸ਼ਨਰ ਨੂੰ ਦਰਖਾਸਤ ਲਿਖ ਕੇ ਦਿੱਤੀ ਵੀ ਇਹਨਾਂ ਨੇ ਬਿਨਾਂ ਮਨਜ਼ੂਰੀ ਤੋਂ ਐਡਾ ਵੱਡਾ ਲੰਗਰ ਬਣਾ ਦਿੱਤਾ ਹੈ ਅਤੇ ਇਹ ਢਾਹ ਦੇਣਾ ਚਾਹੀਦਾ ਹੈ। ਸੰਗਤਾਂ ਨੇ ਫਿਰ ਬਾਬਾ ਜੀ ਨੂੰ ਬੇਨਤੀ ਕੀਤੀ ਵੀ ਬਾਬਾ ਜੀ ਹੁਣ ਇਹੋ ਜਿਹੀਆਂ ਗੱਲਾਂ ਕਰਦੇ ਨੇ। ਬਾਬਾ ਉੱਤਮ ਸਿੰਘ ਜੀ ਕਹਿਣ ਲੱਗੇ ਵੀ ਤੁਸੀਂ ਕੋਈ ਚਿੰਤਾ ਨਾ ਕਰੋ, ਇਹ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਲੰਗਰ ਹੈ, ਇੱਥੇ ਬ੍ਰਹਮਾ ਵੀ ਆ ਚੱਲ ਕੇ ਆਵੇ ਉਹ ਇਹ ਲੰਗਰ ਨਹੀਂ ਢਾਹ ਸਕਦਾ। ਫਿਰ ਬਾਬਾ ਜੀ ਆਪ ਜਾ ਕੇ ਕਲੈਕਟਰ ਅਤੇ ਕਮਿਸ਼ਨਰ ਨੂੰ ਮਿਲੇ, ਉਹਨਾਂ ਨੂੰ ਸਾਰੀ ਗੱਲਬਾਤ ਸਮਝਾਈ ਵੀ ਸਾਰੇ ਸੰਸਾਰ ਤੋਂ ਸੰਗਤਾਂ ਇੱਥੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਉਂਦੀਆਂ ਨੇ, ਸੰਗਤਾਂ ਨੂੰ ਪਾਣੀ ਦੀ ਅਤੇ ਲੰਗਰ ਦੀ ਬਹੁਤ ਔਖਿਆਈ ਸੀ, ਅਸੀਂ ਤਾਂ ਸੰਗਤ ਦੀ ਸਹੂਲਤ ਨੂੰ ਮੁੱਖ ਰੱਖ ਕੇ ਅਤੇ ਲੰਗਰ ਅਤੇ ਪਾਣੀ ਦਾ ਇੰਤਜ਼ਾਮ ਕੀਤਾ ਹੈ, ਜੇ ਤੁਹਾਨੂੰ ਕੋਈ ਇਤਰਾਜ਼ ਹੈ ਤਾਂ ਅਸੀਂ ਗਾਂਹ ਵਾਸਤੇ ਮਨਜ਼ੂਰੀ ਲੈ ਲਿਆ ਕਰਾਂਗੇ। ਕਲੈਕਟਰ ਕਮਿਸ਼ਨਰ ਕਹਿਣ ਲੱਗੇ ਬਾਬਾ ਜੀ ਹੁਣ ਤੁਸੀਂ ਜਿਹੜੀ ਜਗ੍ਹਾ ਬਣਾ ਦਿੱਤੀ ਬਣਾ ਦਿੱਤੀ, ਅੱਗੇ ਵਾਸਤੇ ਤੁਸੀਂ ਕੋਈ ਵੀ ਜਗ੍ਹਾ ਬਣਾਉਣੀ ਆ ਅਤੇ ਬਿਨਾਂ ਮਨਜ਼ੂਰੀ ਤੋਂ ਨਹੀਂ ਬਣਾ ਸਕਦੇ। ਬਾਬਾ ਜੀ ਨੇ ਫਿਰ ਜਦੋਂ ਇਸ ਅਸਥਾਨ ਦੇ ਦਰਬਾਰ ਸਾਹਿਬ ਦੀ ਨੀਂਹ ਰੱਖਣੀ ਸੀ, ਉਹਦੇ 6 ਮਹੀਨੇ ਪਹਿਲਾਂ ਇਸ ਅਸਥਾਨ ਮਹਾਰਾਜ ਦੇ ਦਰਬਾਰ ਦਾ ਨਕਸ਼ਾ ਬਣਾ ਕੇ ਕਲੈਕਟਰ ਨੂੰ ਦਿੱਤਾ ਵੀ ਅਸੀਂ ਇਸ ਤਰ੍ਹਾਂ ਦਾ ਗੁਰਦੁਆਰਾ ਬਣਾਉਣਾ ਹੈ, ਸਾਨੂੰ ਇਹਦੀ ਮਨਜ਼ੂਰੀ ਦਿੱਤੀ ਜਾਵੇ। ਜਦ 5-6 ਮਹੀਨੇ ਤੱਕ ਕੋਈ ਮਨਜ਼ੂਰੀ ਨਾ ਮਿਲੀ, ਫਿਰ ਬਾਬਾ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਦਾ ਆਸਰਾ ਲੈ ਕੇ ਇਸ ਗੁਰਦੁਆਰੇ ਸਾਹਿਬ ਦੀ ਨੀਂਹ ਰੱਖ ਦਿੱਤੀ ਅਤੇ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ। ਫਿਰ ਕਦੇ 15 ਦਿਨ ਬਾਅਦ, ਕਦੇ 20 ਦਿਨਾਂ ਬਾਅਦ ਇੱਥੇ ਨੋਟਿਸ ਭੇਜਣ ਵੀ ਤੁਸੀਂ ਇਹ ਕੰਮ ਛੇਤੀ ਬੰਦ ਕਰੋ। ਬਾਬਾ ਜੀ ਕਹਿਣ ਲੱਗੇ ਵੀ ਇਹ ਗੁਰੂ ਹਰਗੋਬਿੰਦ ਸਾਹਿਬ ਦਾ ਕਾਰਜ ਹੈ, ਅਸੀਂ ਇਹ ਕਿਸੇ ਕੀਮਤ 'ਤੇ ਵੀ ਬੰਦ ਨਹੀਂ ਕਰਨਾ। ਜਦੋਂ ਫਿਰ ਜ਼ਿਆਦਾ ਹੀ ਰੁਕਾਵਟਾਂ ਪਾਉਣ ਲੱਗੇ, ਉਹਨਾਂ ਦਿਨਾਂ ਦੇ ਵਿੱਚ ਸੈਂਟਰ ਦੇ ਵਿੱਚ ਗੁਰਦਿਆਲ ਸਿੰਘ ਢਿੱਲੋਂ ਸਪੀਕਰ ਹੁੰਦੇ ਸੀ, ਬਾਬਾ ਜੀ ਫਿਰ ਉਹਨਾਂ ਨੂੰ ਜਾ ਕੇ ਮਿਲੇ ਅਤੇ ਉਹਨਾਂ ਨੂੰ ਸਾਰੀ ਗੱਲਬਾਤ ਸਮਝਾਈ ਵੀ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਗਵਾਲੀਅਰ ਦੇ ਕਿਲ੍ਹੇ ਵਿੱਚ 52 ਹਿੰਦੂ ਰਾਜਾਂ ਨੂੰ ਛਡਾ ਕੇ ਬਹੁਤ ਵੱਡਾ ਪਰਉਪਕਾਰ ਕੀਤਾ ਹੈ, ਗੌਰਮੈਂਟ ਨੂੰ ਚਾਹੀਦਾ ਤਾਂ ਇਹ ਸੀ ਵੀ ਆਪਣਾ ਪੈਸਾ ਖਰਚ ਕਰਕੇ ਇੱਥੇ ਮਹਾਰਾਜ ਦੀ ਯਾਦ ਬਣਾਉਂਦੇ। ਪਰ ਜੇ ਹੁਣ ਸਿੱਖ ਸੰਗਤਾਂ ਆਪਣਾ ਪੈਸਾ ਖਰਚੇ ਮਹਾਰਾਜ ਦਾ ਅਸਥਾਨ ਬਣਾਉਣ ਲੱਗੀਆਂ, ਇਹਦੇ ਵਿੱਚ ਕਿਉਂ ਰੁਕਾਵਟਾਂ ਪਾਉਂਦੇ ਆ? ਗੁਰਦਾਲ ਸਿੰਘ ਢਿੱਲੋਂ ਜੀ ਕਹਿਣ ਲੱਗੇ ਬਾਬਾ ਜੀ ਤੁਸੀਂ ਇਸ ਤਰ੍ਹਾਂ ਕਰੋ ਵੀ ਚੜ੍ਹਦੀ ਕਲਾ ਨਾਲ ਗੁਰੂ ਸਾਹਿਬ ਦੀ ਸੇਵਾ ਕਰੋ, ਮਨਜ਼ੂਰੀ ਦੀ ਸੇਵਾ ਮੇਰੇ 'ਤੇ ਰਹਿਣ ਦਿਓ, ਮੈਂ ਆਪ ਇਸ ਦੀ ਮਨਜ਼ੂਰੀ ਲੈ ਕੇ ਦੇਵਾਂਗਾ। ਫਿਰ ਬਾਬਾ ਜੀ ਦੇ ਕਹਿਣ 'ਤੇ ਗੁਰਦਿਆਲ ਸਿੰਘ ਢਿੱਲੋਂ ਭੋਪਾਲ ਗਏ, ਉੱਥੇ ਉਹਨਾਂ ਦਿਨਾਂ ਦੇ ਵਿੱਚ ਸ਼ਾਮਾ ਚਰਨ ਸ਼ੁਕਲ ਇੱਥੋਂ ਦਾ ਮੁੱਖ ਮੰਤਰੀ ਹੁੰਦਾ ਸੀ, ਉਹਨੂੰ ਫਿਰ ਜਾ ਕੇ ਸਾਰੀ ਗੱਲਬਾਤ ਸਮਝਾਈ ਵੀ ਇਹ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅਸਥਾਨ ਵਾ, ਇੱਥੇ ਸਿੱਖ ਕੌਮ ਦਾ ਬੱਚਾ ਬੱਚਾ ਕੁਰਬਾਨੀ ਦੇਣ ਵਾਸਤੇ ਤਿਆਰ ਹੈ, ਜੇ ਕੋਈ ਗੱਲ ਹੋਈ ਤਾਂ ਸਭ ਤੋਂ ਪਹਿਲਾਂ ਮੈਂ ਸਿੱਖ ਪਹਿਲਾਂ ਵਾਂ ਅਤੇ ਸਪੀਕਰ ਬਾਅਦ ਵਿੱਚ ਹਾਂ, ਜੇ ਕਿਸੇ ਮੋਰਚੇ ਦੀ ਲੋੜ ਪਈ ਤਾਂ ਸਭ ਤੋਂ ਪਹਿਲਾਂ ਗੁਰਦਿਆਲ ਸਿੰਘ ਢਿੱਲੋਂ ਹੀ ਮੋਰਚੇ ਵਿੱਚ ਅੱਗੇ ਆਵੇਗਾ। ਅਤੇ ਮੁੱਖ ਮੰਤਰੀ ਸਾਹਿਬ ਕਹਿਣ ਲੱਗੇ ਵੀ ਬਾਬਾ ਤੁਸੀਂ ਕੋਈ ਚਿੰਤਾ ਨਾ ਕਰੋ, ਮੈਂ ਤੁਹਾਨੂੰ ਮਨਜ਼ੂਰੀ ਲੈ ਕੇ ਦੇਵਾਂਗਾ। ਫਿਰ ਇਹ ਮਹਾਰਾਜ ਦੀ ਕਿਰਪਾ ਦੇ ਨਾਲ ਕਾਫੀ ਸਮਾਂ ਤੱਕ ਇਹ ਮਹਾਰਾਜ ਦਾ ਨਿਰਵਿਘਨ ਸਿੱਖ ਸੇਵਾ ਚੱਲਦੀ ਰਹੀ। ਫਿਰ
ਉੱਥੇ ਦਾ ਮੁੱਖ ਮੰਤਰੀ ਬਦਲ ਗਿਆ। ਪ੍ਰਕਾਸ਼ ਸਿੰਘ ਸੇਠੀ ਇੱਥੇ ਮੁੱਖ ਮੰਤਰੀ ਬਣ ਕੇ ਆਏ। ਫਿਰ ਇੱਥੋਂ ਦੀ ਗਵਰਨਮੈਂਟ ਨੇ ਫਿਰ ਇੱਥੇ ਆ ਕੇ ਬਹੁਤ ਅੜਚਲਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਵੀ ਤੁਸੀਂ ਕੰਮ ਬੰਦ ਕਰੋ, ਕਦੇ ਬਾਟੇ ਚੁੱਕ ਕੇ ਲੈ ਜਾਣੇ, ਕਦੇ ਸੇਵਾਦਾਰਾਂ ਨੂੰ ਹਟਾ ਦੇਣਾ। ਅਤੇ ਫਿਰ ਜਦੋਂ ਬਹੁਤੀਆਂ ਰੁਕਾਵਟਾਂ ਪਾਉਣ ਲੱਗੇ, ਫਿਰ ਉਹਨਾਂ ਦਿਨਾਂ 'ਚ ਇੱਥੇ ਪ੍ਰਕਾਸ਼ ਸਿੰਘ ਸੇਠੀ ਗਵਾਲੀਅਰ ਵਿੱਚ ਆਇਆ ਸੀ। ਬਾਬਾ ਜੀ ਨੇ ਫਿਰ ਸਾਰੀਆਂ ਸੰਗਤਾਂ ਨੂੰ ਇਕੱਠੀਆਂ ਕਰਕੇ ਅਤੇ ਸਾਰੀਆਂ ਸੰਗਤਾਂ ਜਲੂਸ ਦੇ ਰੂਪ ਵਿੱਚ ਸਰਕਟ ਹਾਊਸ ਪਹੁੰਚੀਆਂ। ਇੱਥੋਂ ਉੱਥੋਂ ਦੇ ਫਿਰ ਪ੍ਰਬੰਧਕਾਂ ਨੇ, ਪੁਲਿਸ ਨੇ ਇੱਥੇ ਆਰਡਰ ਕੀਤਾ ਵੀ ਤੁਸੀਂ 5 ਗੁਰਸਿੱਖ ਜਾ ਸਕਦੇ ਹੋ ਅਤੇ ਜਾ ਕੇ ਮੁੱਖ ਮੰਤਰੀ ਨਾਲ ਗੱਲ ਕਰੋ। ਸੰਗਤਾਂ ਵਿੱਚ ਇੰਨਾ ਜੋਸ਼ ਸੀ ਵੀ ਉਹਨਾਂ ਸੇ ਗੇਟ ਨੂੰ ਧੱਕਾ ਮਾਰ ਕੇ ਸਾਰੀ ਦੀ ਸਾਰੀ ਸੰਗਤ ਸਰਕਟ ਹਾਊਸ ਦੇ ਅੰਦਰ ਚਲੀ ਗਈ। ਮੁੱਖ ਮੰਤਰੀ ਵੀ ਘਬਰਾਇਆ, ਬਾਹਰ ਨਿਕਲਿਆ। ਉਹਨੂੰ ਫਿਰ ਬਾਬਾ ਜੀ ਨੇ ਸਾਰੀ ਗੱਲਬਾਤ ਸਮਝਾਈ ਵੀ ਇੱਥੇ ਸਿੱਖ ਕੌਮ ਦਾ ਬੱਚਾ ਬੱਚਾ ਕੁਰਬਾਨੀ ਦੇਣ ਵਾਸਤੇ ਤਿਆਰ ਹੈ, ਤੁਸੀਂ ਕੋਈ ਵੀ ਕਦਮ ਚੁੱਕਣਾ ਅਤੇ ਸੋਚ ਸਮਝ ਕੇ ਚੁੱਕਿਆ ਜੋ। ਫਿਰ ਮੁੱਖ ਮੰਤਰੀ ਸਾਹਿਬ ਕਹਿਣ ਲੱਗੇ ਵੀ ਬਾਬਾ ਜੀ ਮੈਂ ਆਪ ਉੱਥੇ ਕਿਲ੍ਹੇ 'ਤੇ ਆਵਾਂਗਾ ਅਤੇ ਉੱਥੇ ਆ ਕੇ ਮੈਂ ਫੈਸਲਾ ਕਰਾਂਗਾ। 26/10/72 ਨੂੰ ਫਿਰ ਪ੍ਰਕਾਸ਼ ਸਿੰਘ ਸੇਠੀ ਇੱਥੇ ਆਏ ਅਤੇ ਉਹਨਾਂ ਚਿਕਰ ਮਾਰੇ ਦੀ ਕਿਰਪਾ ਨਾਲ ਗੁੰਮਜ ਰਹਿ ਗਿਆ ਸੀ, ਬਾਕੀ 5 ਮੰਜ਼ਿਲਾਂ ਤਿਆਰ ਹੋ ਗਈਆਂ ਸੀ। ਉਹ ਇੱਥੇ ਆ ਕੇ ਕਹਿਣ ਲੱਗ ਬਾਬਾ ਜੀ ਗੁਰਦੁਆਰਾ ਤਾਂ ਤੁਸੀਂ ਬਣਾ ਲਿਆ ਹੈ ਅਤੇ ਮਨਜ਼ੂਰੀ ਕਾਹਦੀ ਲੈਣੀ ਹੈ। ਬਾਬਾ ਜੀ ਕਹਿਣ ਲੱਗੇ ਵੀ ਤੁਸੀਂ ਹੁਣ ਆਪਣੀ ਜੋ ਕਾਗਜ਼ੀ ਕਾਰਵਾਈ ਉਹ ਪੂਰੀ ਕਰ ਲਓ। ਇੱਥੇ ਫਿਰ ਉਹਨੇ ਸਟੇਜ 'ਤੇ ਬੜੀ ਸੋਹਣੀ ਸਪੀਚ ਕੀਤੀ ਵੀ ਜਿੰਨੇ ਵੀ ਮੇਰੇ ਨਾਲ ਅਧਿਕਾਰੀ ਆਏ ਨੇ ਸਾਰੇ ਧਿਆਨ ਦੇ ਨਾਲ ਸੁਣ ਲੈਣ, ਅੱਜ ਤੱਕ ਅਸੀਂ ਜਿੰਨੀ ਵੀ ਕਾਰਵਾਈ ਕੀਤੀ ਹੈ ਸਾਰੀ ਦੀ ਸਾਰੀ ਅਸੀਂ ਇੱਥੇ ਵਾਪਸ ਲੈਂਦੇ ਹਾਂ। ਇੱਥੇ ਗੌਰਮੈਂਟ ਨੇ ਇੱਕ ਨੋਟਿਸ ਲਿਖ ਕੇ ਭੇਜਿਆ ਸੀ ਵੀ ਤੁਸ ਇੱਥੇ ਲਾਗੇ ਤੇਲੀ ਦੀ ਲਾਟ ਆ ਵੀ ਉਹਦੇ ਨਾਲੋਂ ਤੁਸੀਂ ਉੱਚਾ ਗੁਰਦੁਆਰਾ ਨਹੀਂ ਬਣਾ ਸਕਦੇ, ਇੱਥੇ ਸੰਗਮਰਮਰ ਨਹੀਂ ਲਾ ਸਕਦੇ, ਸੋਨਾ ਨਹੀਂ ਲਾ ਸਕਦੇ, ਸਾਡੇ ਕਿਲ੍ਹੇ ਦੀ ਸ਼ਾਨ ਘੱਟ ਜਾਏਗੀ। ਬਾਬਾ ਜੀ ਕਹਿਣ ਲੱਗ ਵੀ ਇਹ ਕਿਸ ਤਰ੍ਹਾਂ ਹੋ ਸਕਦਾ ਵਾ, ਬੰਦੀ ਛੋੜ ਦਾਤਾ ਜੀ ਨੇ ਸਾਡੇ ਵਾਸਤੇ ਐਡਾ ਵੱਡਾ ਪਰਉਪਕਾਰ ਕੀਤਾ ਅਤੇ ਅਸੀਂ ਐਡੀ ਕਮਜ਼ੋਰੀ ਵਿਖਾਈਏ ਵੀ ਮਹਾਰਾਜ ਦਾ ਦਰਬਾਰ ਵੀ ਸ਼ਾਨ ਦੇ ਨਾਲ ਨਾਲ ਬਣਾਈਏ, ਅਸੀਂ ਮਹਾਰਾਜ ਦਾ ਇਹੋ ਜਿਹਾ ਦਰਬਾਰ ਬਣਾਉਣਾ ਵਾ ਵੀ ਆਉਣ ਵਾਲੀਆਂ ਪੁਸ਼ਤਾਂ ਯਾਦ ਕਰਿਆ ਕਰਨਗੀਆਂ ਵੀ ਸੰਗਤਾਂ ਦਾ ਗੁਰੂ ਸਾਹਿਬ ਨਾਲ ਕਿੰਨਾ ਪਿਆਰ ਸੀ ਅਤੇ ਕਿੰਨੇ ਪਿਆਰ ਦੇ ਸੁਗਸਾ ਦੇ ਨਾਲ ਇਹਨਾਂ ਨੇ ਦਰਬਾਰ ਸਾਹਿਬ ਬਣਾਇਆ। ਬਾਕੀ ਤੁਸੀਂ ਕਹਿੰਦੇ ਜਿਹੜਾ ਸੋਨਾ ਨਹੀਂ ਲਾ ਸਕਦੇ, ਅਸੀਂ ਗੁਰੂ ਸਾਹਿਬ ਦੇ ਦਰਬਾਰ 'ਤੇ ਐਡੇ ਵੱਡੇ ਕਲਸ ਲਾਵਾਂਗੇ ਜਿਹੜੇ ਹਿੰਦੁਸਤਾਨ ਦੇ ਕਿਸੇ ਵੀ ਗੁਰਦੁਆਰੇ 'ਤੇ ਨਾ ਲੱਗੇ ਹੋਣ। ਫਿਰ ਬਾਬਾ ਜੀ ਨੇ ਇੱਥੇ 25 ਫੁੱਟ ਉੱਚਾ ਕਲਸ ਬਣਾ ਕੇ ਇੱਥੇ ਲਿਆਂਦਾ ਜੋ ਸਾਰੇ ਹਿੰਦੁਸਤਾਨ ਦੇ ਗੁਰਦੁਆਰਿਆਂ ਨਾਲੋਂ ਸਭ ਤੋਂ ਵੱਡਾ ਕਲਸ ਹੈ। ਅਤੇ ਇਸ ਤਰ੍ਹਾਂ ਮਹਾਰਾਜ ਦੀ ਕਿਰਪਾ ਦੇ ਨਾਲ ਇਹ ਜਿੰਨੀਆਂ ਵੀ ਔਕੜਾਂ ਆਈਆਂ, ਫਿਰ ਇਸ ਤੋਂ ਬਾਅਦ ਫਿਰ ਇੱਕ ਵਾਰੀ ਮੁੱਖ ਮੰਤਰੀ ਸਾਹਿਬ ਇੱਥੇ ਆਏ ਅਤੇ ਬਾਬਾ ਜੀ ਫਿਰ ਉਹਨਾਂ ਨੂੰ ਉੱਤੇ ਛੱਤ 'ਤੇ ਲੈ ਗਏ ਵੀ ਇੱਥੇ ਸਾਨੂੰ ਜਗ੍ਹਾ ਦੀ ਬਹੁਤ ਕਮੀ ਹੈ। ਉਹਨੇ ਫਿਰ ਹੱਥ ਦੇ ਨਾਲ ਹੀ ਇਸ਼ਾਰਾ ਕੀਤਾ ਬਾਬਾ ਜੀ ਇੰਨੀ ਤੁਸੀਂ ਜਗ੍ਹਾ ਇਹ ਬਣ ਲਓ ਅਤੇ ਜਿਹੜੀ ਉਹ ਚਾਰ ਦੀਵਾਰ ਹੈ, ਹਾਂ ਜਿਹੜੀ ਪਿਛਲੇ ਪਾਸੇ ਜਿਹੜੀ ਹਾਂ ਜਿਹੜੀ ਪੱਥਰ ਦੀ ਦੀਵਾਰ ਹੈ ਜਿਹੜੀ, ਹਾਂ ਉਹ ਫਿਰ ਬਾਬਾ ਜੀ ਨੇ ਛੇਤੀ ਉਹ ਦਗਾ ਬਣਾ ਲਈ ਅਤੇ ਹੁਣ ਅੱਜ ਕੱਲ੍ਹ ਮਹਾਰਾਜ ਦੀ ਕਿਰਪਾ ਦੇ ਨਾਲ 23 ਵਿਘੇ ਜਗ੍ਹਾ ਗੁਰਦੁਆਰੇ ਸਾਹਿਬ ਵਾਸਤੇ। ਵਾਹ ਹਾਂਜੀ ਕਮਾਲ, ਦੇਖੋ ਸਾਧ ਸੰਗਤ ਜੀ ਕਹਿੰਦੇ ਨੇ ਬੂੰਦ ਬੂੰਦ ਨਾਲ ਸਾਗਰ ਬਣ ਜਾਂਦਾ ਹੈ। ਝੋਲੇ ਦੇ ਵਿੱਚ ਇੱਕ ਇੱਕ ਦੋ ਦੋ ਇੱਟਾਂ ਲੁਕਾ ਕੇ ਲਿਆ ਕੇ ਅੱਜ 23 ਵਿਘੇ ਜ਼ਮੀਨ ਦੇ ਵਿੱਚ ਗੁਰਦੁਆਰਾ ਸਾਹਿਬ ਦੀ ਉਸਾਰੀ ਹੋਈ ਹੈ। ਤੇ ਵੇਖੋ ਸ਼੍ਰੀ ਹਰਗੋਬਿੰਦ ਸਾਹਿਬ ਜੀ ਦੇ ਰੰਗ, ਇਹਨਾਂ ਨੇ ਕੇਵਲ ਮਾਤਾ ਸੁਲੱਖਣੀ ਦੇ ਪੁੱਤਰ ਦੀ ਦਾਤਾਂ ਦੇਣ ਦੀ ਕਥਾ ਅਸੀਂ ਸੁਣਦੇ ਹਾਂ। ਜਿਹੜਾ ਵੀ ਇੱਥੇ ਆਇਆ, ਜਿਵੇਂ ਕਹਿੰਦੇ ਨੇ ਕਿ ਬਲਦੇਵ ਸਿੰਘ ਕਲੈਕਟਰ ਦੀ ਔਲਾਦ ਨਹੀਂ ਹੁੰਦੀ ਸੀ, ਕੁੱਲ ਸੰਸਾਰ ਨੂੰ ਛੱਡ ਕੇ ਉਹ ਇਨਸਾਨ ਇੱਥੇ ਆਇਆ
ਤੇ ਪੁੱਤਰ ਦੀਆਂ ਦਾਤਾਂ ਹਰਗੋਬਿੰਦ ਸਾਹਿਬ ਨੇ ਬਖਸ਼ੀਆਂ ਤੇ ਹੌਲੀ ਹੌਲੀ ਕਹਿੰਦੇ ਨੇ ਸਭ ਕੁਝ ਹੀ ਸੰਭਵ ਹੈ। ਉਹ ਵਾਹਿਗੁਰੂ ਦੀ ਕਿਰਪਾ ਹਮੇਸ਼ਾ ਨਾਲ ਰਹਿੰਦੀ ਹੈ। ਆਪ ਸਾਰੀ ਸਾਧ ਸੰਗਤ ਨੂੰ ਬੇਨਤੀ ਹੈ ਕਿ ਤੁਸੀਂ ਇੱਥੇ ਗਵਾਲੀਅਰ ਦਾਤਾ ਬੰਦੀ ਛੋੜ ਗੁਰਦੁਆਰਾ ਸਾਹਿਬ ਆ ਕੇ ਇੱਕ ਵਾਰ ਇੱਥੋਂ ਦੇ ਰੰਗ ਮਾਣੋ, ਇੱਥੋਂ ਦੇ ਆਨੰਦ ਮਾਣੋ, ਇੱਥੋਂ ਦੀਆਂ ਖੁਸ਼ੀਆਂ ਮਾਣੋ। ਕਿੰਨਾ ਸੋਹਣਾ ਇਹ ਇੱਕ ਉੱਚੀ ਘਾਟੀ ਦੇ ਉੱਪਰ ਸਾਰੇ ਸ਼ਹਿਰ ਤੋਂ ਉੱਚਾ ਜਾ ਕੇ ਗੁਰਦੁਆਰਾ ਸਾਹਿਬ ਸਥਾਪਿਤ ਹੈ ਅਤੇ ਉਹ ਵੀ 5 ਮੰਜ਼ਿਲਾਂ ਪਲੱਸ 1 ਮੰਜ਼ਿਲ ਪੂਰੀ 25 ਫੁੱਟ ਦੀ ਜਿਹੜੀ ਹੈ ਡਬਲ ਮੰਜ਼ਿਲ ਜਿੰਨਾ ਉੱਪਰ ਕਲਸ ਲੱਗਾ ਹੋਇਆ ਹੈ ਜਿਹੜਾ ਕਿ ਬਹੁਤ ਹੀ ਇੱਥੇ ਲਾਈਟਾਂ ਦੇ ਨਾਲ ਸੁਸ਼ੋਭਿਤ ਹੈ। ਹਰ ਪਲ ਲੰਗਰ ਚੱਲਦੇ ਹਨ ਅਤੇ ਲੰਗਰ ਵੀ ਬਹੁਤ ਸ਼ਾਨਦਾਰ, ਹਰ ਪਲ ਦਾਲਾਂ ਸਬਜ਼ੀਆਂ ਚਾਵਲ ਸਾਰੀ ਤਰ੍ਹਾਂ ਦਾ ਹੀ ਜਿਹੜਾ ਵਾ ਵਧੀਆ ਇੱਥੇ ਪ੍ਰਬੰਧ ਨੇ। ਆਪਾਂ ਇਹ ਵੇਖਿਆ ਕਿ ਭਾਰਤ ਦੇ ਜੇ ਕਿਸੇ ਵੀ ਗੁਰਦੁਆਰਾ ਸਾਹਿਬ 'ਚ ਗਏ ਹਾਂ ਅਤੇ ਕੁੱਲ ਮਿਲਾ ਕੇ ਇਹ ਉਹ ਜਗ੍ਹਾ ਜਿੱਥੇ ਸਾਨੂੰ ਕਮਰੇ ਜਿਹੜੇ ਆ ਉਹ ਸੰਗਤ ਨੂੰ ਫ੍ਰੀ ਦੇ ਵਿੱਚ ਵੀ ਮਿਲਦੇ ਆ, ਖੁਸ਼ੀ ਦੇ ਨਾਲ ਮਿਲਦੇ ਆ, ਜੀ ਆਇਆਂ ਨੂੰ ਕਹਿ ਕੇ ਮਿਲਦੇ ਆ। ਨਹੀਂ ਤਾਂ ਅਸੀਂ ਜਦੋਂ ਸ਼੍ਰੋਮਣੀ ਕਮੇਟੀ ਦੇ ਗੁਰਦੁਆਰਾ ਸਾਹਿਬਾਂ ਦੇ ਵਿੱਚ ਜਾਂਦੇ ਹਾਂ ਦਰਬਾਰ ਸਾਹਿਬ, ਕਈ ਵਾਰ ਰਹਿਣ ਦੇ ਲਈ ਸੰਗਤ ਜਾਂਦੀ ਆ ਅਤੇ ਇੰਨਾ ਕੌੜਾ ਤਜਰਬਾ ਹੈ ਵੀ ਉਹ ਨੇੜੇ ਹੀ ਨਹੀਂ ਫਰਕਣ ਦਿੰਦੇ ਵੀ ਕਮਰਾ ਹੈ ਨਹੀਂ। ਵੇਖੋ ਉਹਨਾਂ ਕੋਲ ਕਦੀ ਵੀ ਕਮਰਾ ਨਹੀਂ ਵੀ ਸਾਡੇ ਕੋਲ 50-60 ਸਾਲ ਦੀ ਉਮਰ ਤੱਕ ਕਦੀ ਕਹਿ ਦੇਣ ਵੀ ਹਾਂਜੀ ਆਓ ਜੀ ਜੀ ਆਇਆਂ ਨੂੰ ਆ ਲਓ। ਫਿਰ ਉਹਨਾਂ ਨੇ ਇੱਕ ਬਹੁਤ ਪੁਰਾਣੀ ਸਰਾਂ ਦੇ ਵਿੱਚ ਕਮਰਾ ਦੇਣਾ ਵਾ ਜਿਹਦੇ ਨਾਲ ਟੋਇਲਟ ਬਾਥਰੂਮ ਅਟੈਚਡ ਨਹੀਂ ਆ, ਪਰ ਇੱਥੇ ਸਭ ਵਧੀਆ ਹਵਾਦਾਰ ਕਮਰੇ ਨੇ, ਅੱਗੇ ਬਰਾਂਡੇ ਨੇ, ਨਾਲ ਟੋਇਲਟ ਬਾਥਰੂਮ ਨੇ, ਕੁਝ ਕਮਰਿਆਂ 'ਚ ਪੱਖੇ ਏਸੀ ਲੱਗੇ, ਪੱਖੇ ਅਤੇ ਕੂਲਰ ਲੱਗੇ ਨੇ, ਕੁਝ ਦੇ ਵਿੱਚ ਏਸੀ ਲੱਗੇ ਨੇ, ਦਰਖਤ ਬਹੁਤ ਜ਼ਿਆਦਾ ਲੱਗਾ। ਅਤੇ ਬਾਬਾ ਜੀ ਮੈਨੂੰ ਵਿੱਚ ਹੀ ਫਿਰ ਗੱਲ ਯਾਦ ਆ ਗਈ ਕਿ ਜਦੋਂ ਇਹਦੀ ਸ਼ੁਰੂਆਤ ਬਾਬਾ ਉੱਤਮ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਨੇ ਕੀਤੀ ਆ, ਉਹ ਬਾਬੇ ਤਾਂ ਮਸ਼ਹੂਰ ਵਾਤਾਵਰਣ ਦੀ ਲਈ ਨੇ, ਬਹੁਤ ਸਾਰਾ ਦਰਖਤ ਬਾਬਾ ਉੱਤਮ ਸਿੰਘ ਜੀ ਤੋਂ ਬਾਅਦ ਜਾਣੀ ਕਿ ਖਡੂਰ ਸਾਹਿਬ ਦੀ ਪੀੜ੍ਹੀ ਨੇ ਅਗਲੀ ਨੇ ਸੇਵਾ ਸਾਂਭੀ ਹੈ ਤੇ ਜਿਵੇਂ ਉਹਨਾਂ ਨੇ ਪੰਜਾਬ ਦੇ ਵਿੱਚ ਇੰਨਾ ਵਾਤਾਵਰਣ ਲਈ ਕੰਮ ਕੀਤਾ, ਫਿਰ ਉਹਨਾਂ ਦਾ ਇੱਧਰ ਕਿਸ ਤਰ੍ਹਾਂ ਦਾ ਪ੍ਰਤਾਪ ਰਿਹਾ ਵਾਤਾਵਰਣ ਸੰਬੰਧੀ? ਉਸੇ ਤਰ੍ਹਾਂ ਦੀ ਪੰਜਾਬ ਵਾਂਗੂ ਆ ਜੀ, ਇੱਧਰ ਵੀ ਫਿਰ ਬਾਬਾ ਸੇਵਾ ਤੱਕ, ਇੰਦੌਰ ਤੱਕ, ਸਾਰੇ ਸ਼ਹਿਰਾਂ 'ਚ ਉਹਨੇ ਬਹੁਤ 5-6 ਲੱਖ ਦਫ਼ਤਰ ਲਾਏ ਆ। ਅੱਛਾ ਅੱਛਾ ਜੀ, ਇੱਥੇ ਵੀ ਉਸੇ ਤਰ੍ਹਾਂ ਸੇਵਾ ਚੱਲ ਰਹੀ ਆ ਦਰਖਤਾਂ ਦੀ, ਵਾਤਾਵਰਣ ਦੀ, ਇੱਥੇ ਵੀ ਉਹ ਟੀਮ ਬੱਕੜੀ ਬਣਾਈ ਆ। ਬਾਬਾ ਸੇਵਾ ਸਿੰਘ ਜੀ ਉਸੇ ਤਰ੍ਹਾਂ ਸੇਵਾ ਕਰਦੇ ਰਹੇ, ਹਾਂਜੀ ਮੱਸਿਆ ਦੀ ਮੱਸਿਆ ਤੱਕ ਵੀ ਸਾਰੇ ਜਿਹੜੇ ਖਡੂਰ ਸਾਹਿਬ ਵਾਲੇ ਸੰਤ ਨੇ ਉਹ ਫਿਰ ਇੱਥੇ ਦੇ ਨਾਲ ਮੋਹ ਪਿਆਰ ਰੱਖਦੇ ਹੋਣਗੇ। ਬਿਲਕੁਲ ਜੀ, ਹਾਂਜੀ। ਤੇ ਜਿਵੇਂ ਉੱਥੇ ਉਹਨਾਂ ਨੇ ਨਰਸਰੀਆਂ ਬਣਾਈਆਂ ਹੋਈਆਂ, ਹਾਂਜੀ ਇੱਥੇ ਵੀ ਨਰਸਰੀ ਆਪਣਾ ਬੰਬੋਰ ਆ ਜੀ, ਉੱਥੇ ਜ਼ਮੀਨਾਂ 13-14 ਵਿਘੇ ਉੱਥੇ ਨਰਸਰੀ ਬਣਾਈ ਹੈ ਜੀ। ਹਾਂਜੀ ਹਾਂਜੀ, 4 ਸਕੂਲ ਹੈ ਇੱਥੇ ਜੀ, ਇੱਕ ਗੁਰਸੋਨ ਦੀ, ਇੱਕ ਡਬਰਾ, ਇੱਕ ਬੂਟੀ ਕੋਈ ਆ। ਹਾਂਜੀ ਹਾਂਜੀ, ਮੋਹਣੇ 4 ਸਕੂਲ ਹੈ ਜੀ। ਇਹ ਜੀ ਜਿਹੜੇ 4 ਸਕੂਲ ਨੇ ਕੀ ਉਹਨਾਂ ਦੇ ਵਿੱਚ ਆਪਾਂ ਗੁਰਮੁਖੀ ਲਿਪੀ ਬੱਚਿਆਂ ਨੂੰ ਸਿਖਾ ਰਹੇ? ਹਾਂਜੀ, 4 ਸਕੂਲਾਂ ਦੇ ਵਿੱਚ ਗੁਰਮੁਖੀ ਲਿਪੀ, ਪੰਜਾਬ ਤੋਂ ਟੀਚਰ ਆਉਂਦੇ ਨਿਸ਼ਾਨਾ ਸਿੱਖੀ ਤੋਂ। ਹਾਂਜੀ, ਤੇ ਉਹ ਇੱਥੇ 2-2 ਟੀਚਰ ਹਰ ਸਕੂਲ ਦੇ ਵਿੱਚ ਜੀ। ਤੇ ਬਾਬਾ ਜੀ ਉਹ ਜਦੋਂ ਇੰਨੀ ਦੂਰ ਤੋਂ ਟੀਚਰ ਆ ਕੇ ਇੱਥੇ ਸੇਵਾ ਨਿਭਾਉਂਦੇ ਆ, ਹਾਂਜੀ, ਫਿਰ ਉਹਨਾਂ ਦੇ ਰਹਿਣ ਦਾ ਜਿਹੜਾ ਵਾ, ਇੱਥੇ ਉਹ ਸਟਾਫ ਦੇ ਨਾਲ ਹੀ ਇੱਥੇ ਬੱਸ ਜਾਂਦੀ, ਇੱਥੋਂ ਹੀ ਬੱਸਾਂ ਜਾਂਦੀਆਂ ਜੀ। ਅੱਛਾ, ਰਹਿਣਾ ਇੱਥੇ, ਇੱਥੋਂ ਸਕੂਲਾਂ 'ਚ ਉਹਨਾਂ ਨੇ ਪੜ੍ਹਾਉਣ ਜਾਣਾ। ਇਸ ਮੌਕੇ ਕੋਈ, ਅੱਛਾ ਹੁਣ ਛੁੱਟੀਆਂ ਪਈਆਂ, ਟੀਚਰ ਗਏ ਹੋਣਗੇ, ਜਦੋਂ ਅਗਲੀ ਵਾਰ ਆਵਾਂਗੇ ਤੇ ਉਹਨਾਂ ਅਧਿਆਪਕਾਂ ਨੂੰ ਵੀ ਅਸੀਂ ਮਿਲਣ ਦੀ ਕੋਸ਼ਿਸ਼ ਕਰਾਂਗੇ। ਤੇ ਸਾਧ ਸੰਗਤ ਜੀ ਉਹਨਾਂ ਸਕੂਲਾਂ ਦੇ ਨਾਲ ਵੀ ਤੁਹਾਡਾ ਜਿਹੜਾ ਰਾਬਤਾ ਆਪਾਂ ਕਾਇਮ ਕਰਾਵਾਂਗੇ, ਉੱਥੇ ਜਾ ਕੇ ਸਕੂਲਾਂ ਦੇ ਵਿੱਚ ਵੇਖ ਕੇ ਇਹਨਾਂ ਦੀਆਂ ਨਰਸਰੀਆਂ ਵੇਖ ਕੇ, ਤੇ ਅਗਲੀ ਵੀਡੀਓ ਜਿਹੜੀ ਆ ਉਹ ਸਾਡੀ ਇਸ ਤਰ੍ਹਾਂ ਜਦੋਂ ਗੁਰੂ ਉਹਨਾਂ ਦੀ ਸੁਣਿਓ। ਅੱਛਾ, ਜਦੋਂ ਗੁਰੂ ਹਰਗੋਬਿੰਦ ਸਾਹਿਬ ਕਿਲੇ ਦੇ ਵਿੱਚੋਂ 52 ਹਿੰਦੂ ਰਾਜਾਂ ਨੇ ਇੱਥੋਂ ਬਾਹਰ ਕੱਢਿਆ, ਥੱਲੇ ਨਾ ਗੁਰਦੁਆਰਾ ਪੰਗਾ ਸਾਹਿਬ ਆ, ਹਾਂਜੀ,
ਉੱਥੇ ਦੋ ਦਾਸੀ ਸੰਤ ਰਹਿੰਦੇ ਸੀ, ਗੁਰੂ ਨਾਨਕ ਸਾਹਿਬ ਜਦੋਂ ਗਏ ਜਬਲਪੁਰ ਨੂੰ ਗਏ ਆ ਉਦੋਂ ਉੱਥੋਂ ਨੇ ਚਰਨ ਪਾਏ ਸੀ। ਉਸ ਸਮੇਂ ਤੋਂ ਉੱਥੇ ਦੋ ਦਾਸੀ ਸੰਤ ਰਹਿੰਦੇ ਸੀ। ਮਹਾਰਾਜ ਜੋਤ ਸਥਾਨ ਤੇ ਰਾਤ ਠਹਿਰੇ, ਅਗਲੇ ਭਲਕ ਜਦੋਂ ਜਾਣ ਦੀ ਤਿਆਰੀ ਕੀਤੀ ਤੇ ਉਹਨਾਂ ਸਾਧੂਆਂ ਨੇ ਬੇਨਤੀ ਕੀਤੀ, ਮਹਾਰਾਜ ਸਾਨੂੰ ਕੋਈ ਨਿਸ਼ਾਨੀ ਬਖਸ਼ੋ। ਗੁਰੂ ਸਾਹਿਬ ਨੇ ਆਪਣੀਆਂ ਚੰਦਰ ਦੀਆਂ ਖੜਾਵਾਂ ਉਹਨਾਂ ਨੂੰ ਨਿਸ਼ਾਨੀ ਵਾਸਤੇ ਦਿੱਤੀਆਂ। ਉਹ ਫਿਰ ਕਾਫੀ ਸਮਾਂ ਉੱਥੇ ਸੇਵਾ ਕਰਦੇ ਰਹੇ। ਜਦੋਂ ਫਿਰ ਅਕਾਲੀ ਲਹਿਰ ਚੱਲੀ, ਜਦੋਂ ਗੁਰਦੁਆਰੇ ਉਹਨਾਂ ਨੇ ਮੰਤਾਂ ਦੇ ਕੋਲੋਂ ਮਤਲਬ ਛੁਡਾਏ ਸੀ, ਉਦੋਂ ਫਿਰ ਉਹਨਾਂ ਡਰਦਿਆਂ ਮਾਰਿਆਂ ਨੇ ਵੀ ਸਾਡੇ ਤੋਂ ਇਹ ਸਥਾਨ ਖੁੱਸ ਨਾ ਜਾਵੇ, ਉਹਨਾਂ ਨੇ ਉਹ ਖੜਾਵਾਂ ਮਿੱਟੀ ਵਿੱਚ ਦੱਬ ਦਿੱਤੀਆਂ। ਉਹਨਾਂ ਦੀ ਹਾਲਤ ਤੇ ਬੜੀ ਖਸਤਾ ਹੋ ਗਈ। ਫਿਰ ਬਾਅਦ ਵਿੱਚ ਉਹ ਫਿਰ ਇੱਥੋਂ ਜਦੋਂ ਕਮੇਟੀ ਬਣੀ ਲੋਕਲ ਕਮੇਟੀ, ਉਹਨਾਂ ਨੇ ਫਿਰ ਉੱਥੋਂ ਖੜਾਵਾਂ ਪੱਟ ਕੇ ਅਤੇ ਉਹ ਗੁਰੂ ਸੰਗਤਾਂ ਦੇ ਦਰਸ਼ਨਾਂ ਵਾਸਤੇ ਰੱਖੀਆਂ। ਇੱਥੇ ਜਦੋਂ ਸੇਵਾ ਚੱਲਦੀ ਸੀ ਤੇ ਉੱਥੇ ਜਿਹੜਾ ਸਟੋਰ ਦਾ ਕੰਮ ਸੀ, ਜਿੱਦਾਂ ਲੱਕੜ ਵਾ ਜਾਂ ਵਾਧੂ ਸਮਾਨ ਸੀ ਉੱਥੇ ਰੱਖਿਆ ਜਾਂਦਾ ਸੀ, ਕਿਉਂ ਪਹਿਲਾਂ ਤਾਂ ਇਹ ਗੁਰਦੁਆਰਾ ਬਣਨਾ ਸੀ, ਬਾਅਦ ਵਿੱਚ ਉੱਥੇ ਸੇਵਾ ਸ਼ੁਰੂ ਹੋਣੀ ਸੀ। ਉੱਥੇ ਬਹੁਤ ਸਾਰੀ ਲੱਕੜ ਪਈ ਸੀ। ਫਿਰ ਗੁਰੂ ਸਾਹਿਬ ਦਾ ਜਦੋਂ ਭਾਣਾ ਵਰਤਿਆ 84 ਦਾ, ਉਦੋਂ ਫਿਰ ਇੱਥੋਂ ਦਾ ਸਾਰੀ ਬਹੁਤ ਹਜੂਮ ਇਕੱਠਾ ਹੋ ਕੇ ਗਿਆ। ਉੱਥੇ ਜਥੇਦਾਰ ਨਾਲ ਜਥੇਦਾਰ ਸੀ, ਨਾਲੇ ਗ੍ਰੰਥੀ ਸੀ ਸੁਖਸੈਨ ਸਿੰਘ ਤੇ ਇੱਕ ਬਾਬਾ ਲਾਭ ਸਿੰਘ ਸੀ। ਉਹਨਾਂ ਫਿਰ ਜੀਂਦਿਆਂ ਨੂੰ ਉੱਥੇ ਉਹਨਾਂ ਨੇ ਉਸ ਬਾਲਣ ਦੇ ਵਿੱਚ ਸੁੱਟ ਕੇ ਅੱਗ ਲਾਤੀ। ਜੇ ਮਹਾਰਾਜ ਦੇ ਸਰੂਪ ਸੀ 4-5 ਉਹ ਵੀ ਉੱਥੇ ਉਹਨਾਂ ਦੇ ਉਹਦੇ ਵਿੱਚ, ਅਤੇ ਮਹਾਰਾਜ ਵਿਖੜਾਵਾਂ ਵੀ ਉੱਥੇ ਉਹਨਾਂ ਨੇ ਅੱਗ ਲਾ ਕੇ ਅਤੇ ਉਹ ਭਸਮ ਕਰ ਦਿੱਤਾ ਜੀ। ਅੱਛਾ, ਹਾਂਜੀ, ਅਤੇ ਅਜੇ ਵੀ ਉਹ ਗੁਰਦੁਆਰਾ ਇਹਨਾਂ ਕੋਲ ਹੀ ਆ, ਉਹਦਾ ਕੇਸ ਚੱਲਦਾ ਵਾ, ਉਹਨਾਂ ਉੱਥੇ ਮੰਦਿਰ ਬਣਾ ਲਿਆ ਵਾ ਅਤੇ ਅਜੇ ਹਾਂਜੀ ਉਹਦਾ ਕੇਸ ਚੱਲਣ ਡਿਆ ਵਾ, ਅਤੇ ਅਜੇ ਮਿਲਿਆ ਨਹੀਂ ਗੁਰਦੁਆਰਾ। ਹਾਂਜੀ ਹਾਂਜੀ ਹਾਂਜੀ, ਇਸ ਤਰ੍ਹਾਂ ਉਸ ਸਥਾਨ ਤੋਂ ਇੱਥੋਂ ਕਿਲ੍ਹੇ ਤੋਂ ਥੱਲੇ ਹੀ ਉਹ ਸਥਾਨ ਆ। ਹਾਂਜੀ ਹਾਂਜੀ, ਦੋ ਸੇਵਾਦਾਰਾਂ ਨੇ ਜੀਂਦੇ ਹੀ ਉੱਥੇ ਸਾੜ ਤੇ ਜੀ। ਬਹੁਤ ਬੁਰੀ ਖਬਰ, ਔਰ ਦਿਲ ਦੁਖੀ ਹੋਇਆ ਜਈ ਗੱਲ ਸੁਣ ਕੇ। ਚਲੋ, ਖਾਲਸੇ ਦੇ ਹਿੱਸੇ ਹੀ ਸ਼ਹੀਦੀਆਂ ਆਈਆਂ, ਖਾਲਸਾ ਸ਼ਹੀਦੀਆਂ ਪਾ ਕੇ ਹੀ ਜਿਹੜਾ ਵਾ ਅੱਜ ਤੱਕ ਨਿਰੰਤਰ ਜੋਤ ਜਿਹੜੀ ਆ ਉਹ ਖਾਲਸੇ ਦੀ ਜਗਦੀ ਆ। ਬਾਬਾ ਜੀ ਜ਼ਮੀਨ ਵੀ ਮੁੱਲ ਲਈ ਸੀ ਗੁਰਦੁਆਰਾ ਵਿਸਤਾਰ ਕਰਨ ਵਾਸਤੇ, ਹਾਂਜੀ, ਵੀ ਬੜਾ ਸੋਹਣਾ ਦਰਬਾਰ ਬਣਾਵਾਂਗੇ। ਹਾਂਜੀ, ਪਰ ਹੁਣ ਅਜੇ ਉੱਥੇ ਨਾ ਸ਼ੁਰੂ ਤੋਂ ਹੀ ਉੱਥੇ ਦੋ ਇੱਕ ਮੰਦਿਰ ਸੀ ਇੱਕ ਗੁਰਦੁਆਰਾ ਸੀ। ਅੱਛਾ, ਹਾਂਜੀ, ਪਿਛਲੇ ਬਰਾਂਡੇ ਵਿੱਚ ਮਹਾਰਾਜ ਪ੍ਰਕਾਸ਼ ਸੀ ਤੇ ਪਿੱਛੇ ਮੰਦਿਰ ਸੀ, ਉਹ ਰੌਲਾ ਸੀ। ਉਹ ਵੀ ਕਹਿੰਦੇ ਵੀ ਸਾਡਾ ਸਥਾਨ ਆ, ਸਿੱਖ ਕਹਿੰਦੇ ਸਾਡਾ ਸਥਾਨ ਆ, ਇਸ ਕਰਕੇ ਨਾ ਫਿਰ ਉਹ ਕੇਸ ਦੇ ਵਿੱਚ ਇਸ ਕਰਕੇ ਢਿੱਲ ਪੈਂਦੀ ਜਾਂਦੀ ਹੈ ਵੀ ਇੱਥੇ ਮੰਦਿਰ ਵੀ ਸੀ ਗੁਰਦੁਆਰਾ ਵੀ ਸੀ। ਹਾਂਜੀ ਹਾਂਜੀ, ਉਹ ਸ਼ੁਰੂ ਤੋਂ ਇਸ ਤਰ੍ਹਾਂ ਸੀ। ਇਹ ਤੇ ਇੱਕ ਉਹ ਦਾਸੀ ਸੰਤ ਰਹਿਣ ਕਰਕੇ ਨਾ ਵੀ ਇੱਥੋਂ ਦੇ ਲੋਕ ਵੀ ਦਾਅਵਾ ਕਰਦੇ ਸੀ ਵੀ ਇਹ ਸਾਡਾ ਸਥਾਨ ਆ, ਮਾਤਾ ਦਾ ਸਥਾਨ ਆ। ਅੱਛਾ ਅੱਛਾ, ਹੁਣ ਉਹ ਬੰਦ ਪਿਆ? ਬੰਦ ਨਹੀਂ, ਉੱਥੇ ਉਹਨਾਂ ਨੇ ਮੰਦਿਰ ਬਣਾਤਾ, ਮੰਦਿਰ ਚੱਲਦਾ ਪਿਆ ਜੀ, ਉਹਨਾਂ ਨੇ ਬਹੁਤ ਵਿਸਤਾਰ ਕੀਤਾ, ਦੁਕਾਨਾਂ ਦੁਕਾਨਾਂ ਬਣਾ ਲਈਆਂ ਵਾ। ਅੱਛਾ, ਤੇ ਹਾਂਜੀ, ਆਪਣੀ ਸਿੱਖ ਸੰਗਤ ਨਹੀਂ ਉੱਥੇ ਜਾਂਦੀ। ਅੱਛਾ ਅੱਛਾ, ਸਥਾਨ ਉਹ ਆਪਣਾ ਹੀ ਆ ਤੇ ਉੱਥੇ ਜਗ੍ਹਾ ਜਗ੍ਹਾ ਵੀ ਉੱਥੇ ਵੀ ਉਹਨਾਂ ਕਬਜ਼ਾ ਕਰ ਲਿਆ। ਹਾਂਜੀ ਹਾਂਜੀ ਹਾਂਜੀ, ਤੇ ਇਸ ਤਰ੍ਹਾਂ ਉਹ ਪਾਣਾ। ਹੁਣ ਬਾਬਾ ਜੀ ਇਹਨਾਂ ਦਿਨਾਂ ਦੇ ਵਿੱਚ ਵੇਖੋ, ਜਦੋਂ ਆਪਣੀ ਸਿੱਖ ਸਾਧ ਸੰਗਤ ਸਾਰੇ ਸੰਸਾਰ ਚੋਂ ਇੱਥੇ ਮੱਥਾ ਟੇਕਣ ਲਈ, ਨਤਮਸਤਕ ਹੋਣ ਲਈ ਆਉਂਦੀ ਆ, ਹਾਂਜੀ, ਤੇ ਆਪਾਂ ਵੇਖ ਰਹੇ ਆ ਕਿ ਇੱਥੋਂ ਦੀ ਵੀ ਬਹੁਤ ਸਾਰੀ ਸੰਗਤ ਉਸੇ ਹੀ ਲੰਗਰ ਦੇ ਵਿੱਚ, ਹਾਂਜੀ, ਪਹਿਲਾਂ ਪੰਗਤਾਂ ਉਹਨਾਂ ਦੀਆਂ ਲੱਗਦੀਆਂ ਤੇ ਫਿਰ ਸਾਡੇ ਸਰਦਾਰਾਂ ਦੀਆਂ ਲੱਗਦੀਆਂ, ਤੇ ਖੁਸ਼ੀ ਹੁੰਦੀ ਆ ਵੀ ਖਾਲਸਾ ਜਿਹੜਾ ਵਾ ਇੱਥੇ 25% ਹੀ ਸਿੱਖ ਆਉਂਦੇ ਆ ਜੀ, ਬਾਕੀ 75% ਇੱਥੋਂ ਦੇ ਲੋਕ, ਇੱਥੋਂ ਦੇ ਲੋਕ ਵੀ ਲੰਗਰ ਛਕਦੇ ਨੇ, ਫੇਰ ਵੀ ਇਹ ਈਰਖਾ ਰੱਖਦੇ ਆ ਜੀ, ਫੇਰ ਵੀ ਕਿੰਨੀ ਉਹ ਅਸੀਸਾਂ ਦਿੰਦੇ ਹੋਣਗੇ ਵੀ ਅਸੀਂ ਇੱਥੋਂ ਇੱਕ ਦਾਲ ਫੁਲਕਾ ਰੋਟੀ ਤੇ ਹੈ ਜਿਹਦੇ ਪਿੱਛੇ ਮਨੋਕਾਮਨਾ ਘਾਲਣਾ ਘਾਲ ਕੇ ਮਿਲਦੀ ਆ, ਤੇ ਗੁਰੂ ਘਰਾਂ ਦੇ ਵਿੱਚ ਵੇਖੋ ਸਾਰਿਆਂ ਦੇ ਲਈ ਲੰਗਰ ਜਿਹੜਾ ਇੱਥੋਂ ਬਾਬਾ ਜੀ ਨੇ ਬੱਸ ਲਾਈ ਆ ਫ੍ਰੀ ਵਿੱਚ, ਹਾਂਜੀ, ਸਟੇਸ਼ਨ ਜਾਣ ਵਾਸਤੇ, ਉਹਦੇ ਵਿੱਚ 25% ਹੀ ਸਿੱਖ ਹੁੰਦੇ, ਬਾਕੀ ਇਹ ਲੋਕ ਬਸ
ਇੱਥੋਂ ਜਾ ਕੇ ਚੜ੍ਹ ਜਾਂਦੇ ਆ ਤੇ ਆ ਜਾਂਦੇ ਆ ਲੰਗਰ। ਹਾਂਜੀ ਹਾਂਜੀ। ਤੇ ਬਾਬਾ ਜੀ ਹੁਣ ਜਿਹੜੇ ਹੁਣ ਦੀ ਸਰਕਾਰਾਂ ਵਾ, ਹੁਣ ਜਿਹੜੇ ਇਸ ਮੌਕੇ ਦੀਆਂ ਵਾ, ਉਹ ਫਿਰ ਕਿਵੇਂ, ਉਹ ਕਦੀ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਆਉਂਦੇ ਨੇ, ਕਦੀ ਬਾਬਾ ਜੀ ਹੋਰਾਂ ਨੂੰ ਮਿਲਦੇ ਨੇ? ਜਦੋਂ ਚੁਣਾਵ ਦੇ ਹੁੰਦੇ ਉਦੋਂ ਮੱਥਾ ਟੇਕਣ ਆਉਂਦੇ ਆ ਉਦੋਂ। ਹੁਣ ਦੇਖੋ ਆ ਜਿਹੜਾ ਕਮਰੇ ਆ ਇਹਨਾਂ ਨੂੰ ਮੇਰੇ 10-11 ਸਾਲ ਹੋ ਗਏ ਪਲਸਤਰ ਰਾਤ ਹੀ ਕੀਤਾ, ਇਹ ਮਨਜ਼ੂਰੀ ਨਹੀਂ ਦਿੱਤੀ ਜੀ, ਛੱਤ ਨਹੀਂ ਪਈ ਅਜੇ, ਇਹਦੀ ਮਨਜ਼ੂਰੀ ਦੇਣੀ ਦੇਣੀ। ਤੇਲੀ ਦੀ ਮੰਦਰ ਆ ਨਾ ਉਹ ਸਰਕਾਰ, ਮਤਲਬ ਉਹ ਲੈ ਜਾਣੇ ਉੱਚਾ ਕਿ ਜੇ ਉਹਨਾਂ ਦੀ ਹਿੰਮਤ ਹੈ ਉਹ ਲੈ ਕੇ। ਉਹਨਾਂ ਹਰ ਕਾਲਜ ਵਾਲਿਆਂ ਨੇ ਇੱਕ ਕਾਨੂੰਨ ਬਣਾਇਆ ਵਾ ਵੀ ਇਹਦੇ 300 ਮੀਟਰ ਤੱਕ ਕੋਈ ਉਸਾਰੀ ਨਹੀਂ ਹੋ ਸਕਦੀ, ਇਹ ਵੀ ਉਹ 300 ਮੀਟਰ ਦੇ ਅੰਦਰ ਆਉਂਦਾ ਵਾ, ਇਸ ਕਰਕੇ ਇੱਥੇ ਕੋਈ ਵੀ ਮਤਲਬ ਉਸਾਰੀ ਦਾ ਕੰਮ ਅਜੇ ਰੁਕਿਆ ਹੀ ਆ। ਹਾਂਜੀ ਹਾਂਜੀ, ਚਲੋ ਕੋਈ ਨੀ ਬਾਬਾ ਜੀ, ਇਹ ਤੇ ਸਾਰੇ ਪਾਸੇ ਉਸਾਰੀ ਉਸਾਰੀ ਨਜ਼ਰ ਆ ਰਹੀ ਹੈ। ਤੇ ਹੁਣ ਤੇ ਬਾਬਾ ਜੀ ਨੇ ਲੰਗਰ ਵੀ ਜਿਹੜਾ ਸ਼ੁਰੂ ਕਰ ਦੇਣਾ ਜੀ। ਹਾਂਜੀ ਬਾਬਾ ਜੀ, ਆ ਜਿਹੜੇ ਆ ਇਹਨਾਂ ਦੇ ਵਿੱਚ ਵੀ ਉੱਪਰ ਲੈਂਟਰ ਨਹੀਂ ਪਿਆ? ਨਹੀਂ, ਇਹਨਾਂ ਦੇ ਤਾਂ ਪਿਆ ਵਾ ਜੀ, ਇਹ ਪਹਿਲਾਂ ਦੀ ਗੱਲ ਆ, ਇਹ ਬਾਅਦ ਵਿੱਚ ਬਣਾਇਆ ਜੀ ਕਮਰੇ। ਹਾਂਜੀ ਹਾਂਜੀ, ਅੱਛਾ ਉਹ ਗੇਟ ਹੋਣਾ ਤਾਂ ਗਾੜੀ ਖਾਲੀ ਆ। ਹਾਂਜੀ ਹਾਂਜੀ, ਉਹ ਹੁਣ ਬਾਬਾ ਜੀ ਦੀ ਥੋੜੀ ਪਹੁੰਚ ਆ ਤੇ ਉੱਥੇ ਪਿਛਲੀ ਸਰਾਂਝੇ ਦੀ ਉਹਦੀ ਮਨਜ਼ੂਰੀ ਮਿਲ ਗਈ ਆ। ਆ ਲੰਗਰ ਵੀ ਹੁਣ ਢਾ ਕੇ 3 ਮੰਜ਼ਿਲ ਬਣਾਉਣਾ, ਥੱਲੇ ਬੇਸਮੈਂਟ ਤੋਂ ਤੇ 2 ਮੰਜ਼ਿਲ ਲੰਗਰ ਆ, ਆ ਜਿਹੜਾ ਹਾਲ ਆ ਸਾਰਾ ਆ ਕਮਰੇ ਵਗੈਰਾ ਸਾਰੇ ਢਾ ਕੇ। ਹਾਂਜੀ ਹਾਂਜੀ, ਇਹ ਸ਼ੁਰੂ ਕਰਨੇ ਆ ਅਗਲੇ ਸਾਲ ਤੋਂ। ਹਾਂਜੀ ਹਾਂਜੀ ਹਾਂਜੀ, ਤੇ ਤੁਸੀਂ ਫਿਰ ਸਾਰੀਆਂ ਹੀ ਯਾਦਾਂ ਇੱਥੇ ਨਿਭਾਈਆਂ ਜਦੋਂ ਪਾਬੰਦੀ ਛੋੜਦੀ ਉਹ ਰੁਕਾਵਟਾਂ ਪਾਉਣ ਆਉਂਦੇ ਸੀ, ਉਸ ਵਕਤ ਤੁਸੀਂ ਇੱਕ ਨਿਰੰਤਰ ਜੁੜੇ ਸੇਵਾਦਾਰ ਸੀ, ਕਿੰਨਾ ਤੁਹਾਡਾ ਦਿਲ, ਉਹ ਤੁਹਾਡੀਆਂ ਕੌੜੀਆਂ ਯਾਦਾਂ ਨੇ ਨਾਲ ਹੀ ਮਿੱਠੀਆਂ ਜੁੜ ਗਈਆਂ ਵੀ ਆਪਾਂ ਸਭ ਕੁਛ ਜਿਹੜਾ ਵਾ ਗੁਰੂ ਨੇ ਮਹਾਰਾਜ ਨੇ ਬਣਾ ਹੀ ਦਿੱਤਾ। ਇੱਕ ਵਾਰੀ ਇੱਥੇ ਸੇਵਾ ਚੱਲਣਾ ਸੀ, ਤਹਿਸੀਲਦਾਰ ਇੱਥੇ ਆਇਆ ਜੀ, ਇੱਥੇ ਸਾਰੇ ਬਾਟੇ ਚੁੱਕ ਕੇ ਲੈ ਗਿਆ। ਹਾਂਜੀ, ਸੇਵਾਦਾਰ ਨੂੰ ਬੁਲਾ ਭਲਾ ਕਰਕੇ ਤੇ ਫਿਰ ਬਾਬਾ ਉਤਮ ਸਿੰਘ ਜੀ ਆ ਗਏ ਉਧਰੋਂ, ਕਹਿੰਦੇ ਖੋਤਾ ਲਿਆਓ ਤੇ ਇਹਦਾ ਮੂੰਹ ਕਾਲਾ ਕਰਕੇ ਤੇ ਖੋਤੇ ਤੇ ਇਹਨੂੰ ਘੁਮਾਓ, ਫਿਰ ਉਤੋਂ ਚੱਲੇ ਗਿਆ। ਇੱਥੋਂ ਤਾਂ ਹੀ ਗੱਲਾਂ ਹੋਈਆਂ। ਹਾਂਜੀ 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 ਹਾਂਜੀ, ਚਲੋ ਬਹੁਤ ਵਧੀਆ ਲੱਗਾ ਜੀ, ਪਰਮਾਤਮਾ ਤੁਹਾਡੀ ਲੰਬੀ ਉਮਰ ਕਰੇ ਤੇ ਅਸੀਂ ਫੇਰ ਦਰਸ਼ਨਾਂ ਨੂੰ ਆਈਏ, ਆਪ ਜੀ ਦੇ ਦਰਸ਼ਨ ਕਰੀਏ ਔਰ ਆਪ ਜੀ ਦੇ ਸਕੂਲਾਂ ਦੇ ਔਰ ਬਾਕੀ ਸਾਰਾ ਵੀ ਜਿਹੜਾ ਵਾ ਉਹ ਵਾਹਿਗੁਰੂ ਕਿਰਪਾ ਕਰਨ, ਸ੍ਰੀ ਹਰਗੋਬਿੰਦ ਸਾਹਿਬ ਸਾਡੇ ਤੇ ਵੀ ਮਿਹਰਾਂ ਰੱਖਣ ਔਰ ਸਾਧ ਸੰਗਤ ਤੇ ਵੀ, ਤਾਂ ਜੋ ਅਸੀਂ ਵੀ ਗੁਰੂ ਘਰ ਨਾਲ ਜੁੜੇ ਰਹੀਏ ਤੇ ਅਸੀਂ ਵੀ ਨਾਮ ਸਿਮਰਨ ਦੀਆਂ ਝੋਲੀਆਂ ਭਰਦੇ ਰਹੀਏ, ਤੁਹਾਡੀ ਯਾਤਰਾ ਸਫਲ ਕਰੇ, ਸੇਵਾ ਲੇਖੇ ਲਾਵੇ, ਹਾਜ਼ਰੀਆਂ ਦਰ ਤੇ ਪ੍ਰਵਾਨ ਕਰੇ, ਤੰਦਰੁਸਤੀਆਂ ਬਖਸ਼ੇ, ਇਸੇ ਤਰ੍ਹਾਂ ਦੇਸ ਕੌਮ ਦੀ ਸੇਵਾ ਕਰਦੇ ਰਹੋ ਮਹਾਰਾਜ ਕਿਰਪਾ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।